ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਬ ਦੋਸਤੋ। ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ। ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ। ਬਹੁਤ ਇੰਪੋਰਟੈਂਟ ਵਲੌਗ ਹੈ ਅੱਜ ਦਾ, ਅਤੇ ਅੱਜ ਦੇ ਵਲੌਗ ਦੇ ਵਿੱਚ ਡਿਸਕਸ਼ਨ ਕਰਨਾ ਹੈ ਕਿ ਕੈਨੇਡਾ ਦੀ ਟਰੂਡੋ ਸਰਕਾਰ ਕੀ ਡਿੱਗ ਸਕਦੀ ਹੈ, ਕਿ ਜਿਹੜੀਆਂ ਆਮ ਚੋਣਾਂ ਨੇ ਉਸ ਤੋਂ ਪਹਿਲਾਂ ਹੀ ਇਹ ਸਰਕਾਰ ਡਿੱਗ ਜਾਵੇਗੀ, ਕਿਉਂਕਿ NDP ਦੇ ਵੱਲੋਂ ਆਪਣਾ ਸਮਰਥਨ ਵਾਪਸ ਲੈ ਲਿਆ ਗਿਆ ਸਰਕਾਰ ਤੋਂ, ਜੋ ਇੱਕ ਸਪਲਾਈ ਅਤੇ ਕੌਨਫੀਡੈਂਸ ਦਾ ਸਮਝੌਤਾ ਕੀਤਾ ਗਿਆ ਸੀ ਮਾਰਚ 2022 ਦੇ ਵਿੱਚ। ਉਸ ਸਮਝੌਤੇ ਨੂੰ ਰੱਦ ਕਰ ਦਿੱਤਾ ਗਿਆ ਹੈ, ਅਤੇ ਉਸ ਸਮਝੌਤੇ ਤੋਂ ਬਾਅਦ ਕੀ ਇਹ ਲੰਗੜੀ ਸਰਕਾਰ ਕਦੇ ਵੀ ਡਿੱਗ ਸਕਦੀ ਹੈ, ਜਾਂ ਫਿਰ ਇਸ ਸਰਕਾਰ ਦੇ ਡਿੱਗਣ ਪਿੱਛੇ ਅਸਲ ਦੇ ਵਿੱਚ ਕੀ ਤੱਥ ਹੋ ਸਕਦੇ ਨੇ, ਕੀ ਉਹ ਕਾਨੂੰਨੀ ਤੌਰ ਤਰੀਕਾ ਹੈ, ਕੰਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਕੀ ਵਾਕਈ ਸਰਕਾਰ ਡਿੱਗ ਸਕਦੀ ਹੈ, ਜਾਂ ਫਿਰ ਸੋਸ਼ਲ ਮੀਡੀਆ 'ਤੇ ਇੱਕ ਹਾਈਪ ਕ੍ਰੀਏਟ ਕਰਨ ਵਾਸਤੇ ਸਿਰਫ ਵੀਡੀਓ ਬਣਾਈਆਂ ਜਾ ਰਹੀਆਂ ਨੇ। ਦੋ ਤਰੀਕੇ ਨੇ ਸਰਕਾਰ ਡਿੱਗਣ ਦੇ, ਕਿਸ ਤਰੀਕੇ ਨਾਲ ਸਰਕਾਰ ਡਿੱਗ ਸਕਦੀ ਹੈ, ਉਹ ਦੋਵੇਂ ਤਰੀਕੇ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ਼ਨ ਕਰਾਂਗੇ। ਇੱਕ ਤਰੀਕਾ ਤਾਂ ਉਹ ਹੈ ਜੋ ਇੰਡੀਆ ਦੇ ਕੰਸਟੀਟਿਊਸ਼ਨ ਦੇ ਨਾਲ ਵੀ ਮੈਚ ਕਰਦਾ ਹੈ, ਅਤੇ ਦੂਜਾ ਤਰੀਕਾ ਕੀ ਹੈ ਉਹ ਵੀ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਅਤੇ ਇਹਨਾਂ ਦੋਵਾਂ ਤਰੀਕਿਆਂ ਤੋਂ ਇਲਾਵਾ ਤੀਜਾ ਕੋਈ ਤਰੀਕਾ ਨਹੀਂ ਹੁੰਦਾ ਕਿ ਸਰਕਾਰ ਜਿਹੜੀ ਹੈ ਉਹ ਡਿੱਗ ਸਕੇ, ਅਤੇ ਕੀ ਵਾਕਈ ਆਮ ਚੋਣਾਂ ਤੋਂ ਪਹਿਲਾਂ ਇਹਦੇ ਵਿੱਚ ਕੋਈ ਵਿਕਲਪ ਜਿਹੜਾ ਹੈ ਉਹ ਟਰੂਡੋ ਸਰਕਾਰ 'ਤੇ ਲਾਗੂ ਹੁੰਦਾ ਹੈ, ਉਹ ਵੀ ਵਿਸਥਾਰ ਦੇ ਨਾਲ ਅਤੇ ਬਕਾਇਦਾ ਤੌਰ ਦੇ ਉੱਤੇ। ਕਹਿ ਸਕਦਾ ਹੈ ਕਿ ਤੁਹਾਨੂੰ ਤੱਥਾਂ ਦੇ ਆਧਾਰ ਦੇ ਉੱਤੇ ਪੂਰੀ ਕਹਿ ਸਕਦਾ ਕਿ ਇਹਦੀ ਐਕਸਪਲੇਨੇਸ਼ਨ ਕਰਾਂਗਾ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਇਸ ਨੂੰ ਲੈ ਕੇ ਬਹੁਤ ਸਾਰੇ ਮਿੱਥ ਸੋਸ਼ਲ ਮੀਡੀਆ 'ਤੇ, ਅਤੇ ਇਸ ਮਿੱਥ ਨੂੰ ਆਪਾਂ ਤੋੜਨਾ ਹੈ। ਚੈਨਲ ਨੂੰ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ। ਮਕਸਦ ਤੁਹਾਡੇ ਸਾਹਮਣੇ ਸਹੀ ਅਥੈਂਟਿਕ ਅਤੇ ਰਿਐਲਿਟੀ ਰੱਖਣਾ ਹੁੰਦਾ ਹੈ, ਪ੍ਰਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ। ਕਿ ਤੁਹਾਡਾ SOP ਹੈਲਪ ਚਾਹੁੰਦੇ ਹੋ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ। ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ, ਵੀਡੀਓ ਸ਼ੁਰੂ ਕਰਦੇ ਹਾਂ। ਦਰਅਸਲ ਦੁਨੀਆ ਦੀ ਕੋਈ ਵੀ ਸਰਕਾਰ ਹੈ ਜਿਹਦੇ ਵਿੱਚ ਜ਼ਿਆਦਾਤਰ ਸਰਕਾਰਾਂ ਜਿਹੜੀਆਂ ਨੇ ਉਹ ਸਭ ਤੋਂ ਜ਼ਿਆਦਾ ਕਿਸ ਕਰਕੇ ਡਿੱਗਦੀਆਂ ਨੇ, ਉਹ ਹੁੰਦਾ ਹੈ ਨੋ ਕੌਨਫੀਡੈਂਸ ਮੋਸ਼ਨ। ਜਦੋਂ ਸਰਕਾਰ ਦੇ ਵਿੱਚ ਕੌਨਫੀਡੈਂਸ ਨਹੀਂ ਰਹਿ ਜਾਂਦਾ, ਤੁਸੀਂ ਦੇਖਿਆ ਹੋਣਾ ਕਿ ਅਵਿਸ਼ਵਾਸ ਪ੍ਰਸਤਾਵ ਅਕਸਰ ਕਿਸੇ ਸਰਕਾਰ ਦੇ ਵਿੱਚ ਪਾਸ ਕੀਤਾ ਜਾਂਦਾ ਹੈ, ਅਤੇ ਉਹਦੇ ਵਿੱਚ ਕਿਹਾ ਇਹ ਜਾਂਦਾ ਹੈ, ਜਿਹੜੇ ਵਿਰੋਧੀ ਪਾਰਟੀਆਂ ਹੁੰਦੀਆਂ ਉਹ ਕਹਿੰਦੀਆਂ ਕਿ ਸਰਕਾਰ ਦੇ ਵਿੱਚ ਹੁਣ ਲੋਕਾਂ ਨੂੰ ਵਿਸ਼ਵਾਸ ਨਹੀਂ ਰਿਹਾ, ਅਤੇ ਸਰਕਾਰ ਜਿਹੜੀ ਹੈ ਉਹ ਆਪਣਾ ਬਹੁਮਤ ਸਿੱਧ ਨਹੀਂ ਕਰ ਸਕਦੀ, ਇਸ ਕਰਕੇ ਸਰਕਾਰ ਜਿਹੜੀ ਹੈ ਹੁਣ ਅੱਗੇ ਚੱਲਣ ਦੇ ਯੋਗ ਨਹੀਂ ਹੈ। ਸੋ ਜਿਹੜਾ ਕਹਿ ਸਕਦਾ ਜਨਰਲ ਗਵਰਨਰ ਹੁੰਦਾ ਹੈ, ਉਸ ਨੂੰ ਕਹਿ ਸਕਦੇ ਮੰਗ ਪੱਤਰ ਦਿੱਤਾ ਜਾਂਦਾ ਹੈ, ਅਤੇ ਗਵਰਨਰ ਜਨਰਲ ਜਿਹੜਾ ਹੈ ਉਹ ਫਿਰ ਹਾਊਸ ਸੱਦ ਕੇ ਅਤੇ ਨੋ ਕੌਨਫੀਡੈਂਸ ਮੋਸ਼ਨ ਜਿਹੜਾ ਮੂਵ ਕੀਤਾ ਹੁੰਦਾ ਵਿਰੋਧੀ ਪਾਰਟੀਆਂ ਦੇ ਵੱਲੋਂ, ਉਸ ਦੇ ਉੱਤੇ ਵੋਟਿੰਗ ਕਰਾਉਂਦਾ, ਅਤੇ ਉਸ ਵੋਟਿੰਗ ਦੇ ਆਧਾਰ ਦੇ ਉੱਤੇ ਡਿਸਾਈਡ ਕੀਤਾ ਜਾਂਦਾ ਕਿ ਅੱਗੇ ਸਰਕਾਰ ਨੇ ਚੱਲਣਾ ਹੈ ਜਾਂ ਨਹੀਂ ਚੱਲਣਾ ਹੈਗਾ। ਇੱਕ ਤਰੀਕਾ ਇਹ ਹੈ। ਦੂਜਾ ਤਰੀਕਾ, ਖਾਸ ਕਰਕੇ ਜੇਕਰ ਕੈਨੇਡਾ ਦੀ ਗੱਲ ਕਰ ਲਈਏ, ਉੱਧਰ ਬ੍ਰਿਟਿਸ਼ ਸ਼ਾਸਨ ਦੀ ਗੱਲ ਕਰ ਲਈਏ, ਉੱਧਰ ਇੱਕ ਤਰੀਕਾ ਹੋਰ ਲਾਗੂ ਹੁੰਦਾ ਕਿ ਕੋਈ ਫਾਈਨੈਂਸ਼ੀਅਲ ਬਿੱਲ ਆ ਜਾਵੇ। ਜੇਕਰ ਕੋਈ ਫਾਈਨੈਂਸ਼ੀਅਲ ਬਿੱਲ ਮੂਵ ਹੁੰਦਾ ਹੈ, ਉਸ ਕੰਡੀਸ਼ਨ ਦੇ ਵਿੱਚ ਸਰਕਾਰ ਉਹ ਬਿੱਲ ਪਾਸ ਨਹੀਂ ਕਰਾ ਪਾਉਂਦੀ, ਤਾਂ ਉਸ ਕੰਡੀਸ਼ਨ ਦੇ ਵਿੱਚ ਵੀ ਸਰਕਾਰ ਡਿੱਗਣ ਦੇ ਹਾਈ ਚਾਂਸਿਸ ਹੁੰਦੇ ਆ। ਹੁਣ ਕੀ ਇਹਨਾਂ ਦੋਵਾਂ 'ਚੋਂ ਟੂਡੋ ਸਰਕਾਰ ਦੇ ਉੱਤੇ ਕਿਹੜੀ ਚੀਜ਼ ਲਾਗੂ ਹੁੰਦੀ ਹੈ? ਦਰਅਸਲ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਮਾੜਾ ਡਿਸਕਸ ਕਰ ਦਿੰਦੇ ਹਾਂ ਕਿ ਦਰਅਸਲ ਇਹਨਾਂ ਦੋਵਾਂ ਦਾ ਸਮਝੌਤਾ ਕੀ ਸੀਗਾ। ਦਰਅਸਲ ਜਿਹੜੀ NDP ਹੈ, ਨਿਊ ਡੈਮੋਕ੍ਰੇਟਿਕ ਪਾਰਟੀ, ਉਸਦਾ ਜਿਹੜਾ ਸਮਝੌਤਾ ਸੀਗਾ ਉਹ ਟਰੂਡੋ ਗੌਰਮੈਂਟ ਦੇ ਨਾਲ ਇਹ ਸੀਗਾ ਕਿ ਸਪਲਾਈ ਅਤੇ ਕੌਨਫੀਡੈਂਸ ਦੇ ਮਾਮਲੇ ਦੇ ਵਿੱਚ ਅਸੀਂ ਤੁਹਾਨੂੰ ਸਾਥ ਦੇਵਾਂਗੇ, ਜਿੱਥੇ ਸਾਡੀ ਲੋੜ ਪਈ ਉੱਥੇ ਸਰਕਾਰ ਦੇ ਚੱਲਣ ਦੇ ਵਿੱਚ ਜਾਂ ਸੰਸਦ ਦੇ ਵਿੱਚ, ਜਾਂ ਕਹਿ ਸਕਦਾ ਕਿ ਜਦੋਂ ਅਸੈਂਬਲੀ ਚੱਲੇਗੀ ਤਾਂ ਉੱਥੇ ਸਰਕਾਰ ਦੇ ਹੱਕ ਦੇ ਵਿੱਚ ਭੁਗਤੇਗੀ NDP, ਅਤੇ ਉਹਨਾਂ ਦੇ ਜਿਹੜੇ ਵੀ ਕਹਿ ਸਕਦੇ ਆ ਕਿ ਲੀਡਰ ਹੋਣਗੇ ਉਹ ਭੁਗਤਣਗੇ ਟਰੂਡੋ ਗੌਰਮੈਂਟ ਦੇ ਹੱਕ ਦੇ ਵਿੱਚ। ਹੁਣ
ਅੱਜ ਤੋਂ ਬਾਅਦ ਕੀ ਹੋਵੇਗਾ ਜਦੋਂ ਇਹ ਸਮਝੌਤਾ ਟੁੱਟ ਗਿਆ, ਕਿਉਂਕਿ ਇਹ ਸਮਝੌਤਾ ਜਿਹੜਾ ਉਹ ਤਕਰੀਬਨ 2.5 ਸਾਲ ਪਹਿਲਾਂ ਮਾਰਚ 2022 ਦੇ ਵਿੱਚ ਕੀਤਾ ਗਿਆ ਸੀਗਾ। ਇਹ ਦੋਵੇਂ ਪਾਰਟੀਆਂ ਇਕੱਠੀਆਂ ਹੋਈਆਂ ਸੀਗੀਆਂ ਅਤੇ ਉਸ ਤੋਂ ਬਾਅਦ ਜਦੋਂ ਇਹ ਸਮਝੌਤਾ ਕਹਿ ਸਕਦੇ ਹਾਂ ਕਿ ਹੁਣ ਬਿਲਕੁਲ ਚੋਣਾਂ ਦੇ ਲਾਗੇ ਆ ਗਿਆ, ਟਾਈਮ ਜਦੋਂ ਦਿਨੋਂ ਦਿਨ ਵੱਧਦਾ ਜਾਂਦਾ ਹੈ, ਉਦੋਂ ਇਹ ਸਮਝੌਤਾ ਜਿਹੜਾ ਉਹ ਹੁਣ ਟੁੱਟਣ ਦੀ ਕਗਾਰ ਦੇ ਉੱਤੇ, ਕੈਸਾ ਟੁੱਟ ਗਿਆ, ਟੁੱਟਣ ਦੀ ਕਗਾਰ 'ਤੇ ਕਿ ਟੁੱਟ ਗਿਆ। ਅਤੇ ਪਿਛਲੇ ਲਗਭਗ 1-1.5 ਮਹੀਨੇ ਤੋਂ ਜਿਹੜਾ ਮਾਹੌਲ ਹੈ ਉਹ ਥੋੜ੍ਹਾ ਜਿਹਾ ਦੋਵਾਂ ਦੇ ਵਿਚਕਾਰ ਵਿਗੜਨਾ ਸ਼ੁਰੂ ਹੋਇਆ। ਹੁਣ ਸੋਸ਼ਲ ਮੀਡੀਆ 'ਤੇ ਮੈਂ 1-2 ਵੀਡੀਓ ਦੇਖੀਆਂ ਸੀ, ਕਿਹਾ ਜਾ ਰਿਹਾ ਸੀਗਾ ਜੀ ਇਮੀਗ੍ਰੇਸ਼ਨ ਨੂੰ ਲੈ ਕੇ ਟੂਡੋ ਸਰਕਾਰ ਦੇ ਇਸ ਤਰੀਕੇ ਦੇ ਫੈਸਲਿਆਂ ਤੋਂ ਖਫਾ ਸੀਗੇ NDP, ਇਸ ਕਰਕੇ NDP ਨੇ ਆਪਣਾ ਸਾਥ ਜਿਹੜਾ ਹੈ ਉਹ ਛੱਡ ਦਿੱਤਾ। ਨਹੀਂ, ਇਹ ਜੋ ਸਮਝੌਤਾ ਕਹਿ ਸਕਦੇ ਟੁੱਟਣ ਦਾ ਮੇਨ ਕਹਿ ਸਕਦੇ ਜੋ ਜੜ੍ਹ ਸੀਗੀ ਜਾਂ ਕਹਿ ਸਕਦੇ ਜਿਹੜਾ ਮੇਨ ਆਧਾਰ ਸੀਗਾ ਉਹ ਸੀਗਾ ਦਰਅਸਲ ਰੇਲਵੇ ਦੇ ਦੋ ਜਿਹੜੇ ਕੰਮ ਚੱਲ ਰਹੇ ਸੀਗੇ ਉਹਨਾਂ ਦੋ ਵੱਡੇ ਕੰਮਾਂ 'ਤੇ ਕੈਬਨਿਟ ਦੀ ਸਖਤੀ ਸੀਗੀ। ਕੈਬਨਿਟ ਨੇ ਜੋ ਸਖਤੀ ਕੀਤੀ ਅਤੇ ਉਸ ਦੇ ਵਿੱਚ NDP ਇਸ ਦਾ ਵਿਰੋਧ ਕਰਦੇ ਹੋਏ ਇਸ ਸਮਝੌਤੇ ਨੂੰ ਬ੍ਰੇਕ ਕਰ ਦਿੱਤਾ, ਇਸ ਸਮਝੌਤੇ ਨੂੰ ਤੋੜ ਦਿੱਤਾ। ਅਤੇ ਹੁਣ ਦਰਅਸਲ ਟੂਡੋ ਸਰਕਾਰ ਦੇ ਅੱਗੇ ਚੁਣੌਤੀ ਕੀ ਹੋਵੇਗੀ? ਜਦੋਂ ਜਗਮੀਤ ਸਿੰਘ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਤਾਂ ਉਸ ਕੰਡੀਸ਼ਨ ਦੇ ਵਿੱਚ ਟਰੂਡੋ ਦੇ ਕੋਲ ਹੁਣ ਦੋ ਚੀਜ਼ਾਂ ਨੇ। ਪਹਿਲੀ ਚੀਜ਼ ਇਹ ਆ ਕਿ ਜੇਕਰ ਵਿਰੋਧੀ ਨੋ ਕੌਨਫੀਡੈਂਸ ਮੋਸ਼ਨ ਦੀ ਮੰਗ ਕਰਦੇ ਆ ਅਸੈਂਬਲੀ ਦੇ ਵਿੱਚ, ਤਾਂ ਉਸ ਕੰਡੀਸ਼ਨ ਦੇ ਵਿੱਚ ਨੋ ਕੌਨਫੀਡੈਂਸ ਮੋਸ਼ਨ ਜਿਹੜਾ ਹੈ ਉਹ ਗਵਰਨਰ ਜਨਰਲ ਨੂੰ ਸੌਂਪਿਆ ਜਾਵੇਗਾ। ਅਤੇ ਉਸ ਆਧਾਰ ਦੇ ਉੱਤੇ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਹੋਵੇਗਾ, ਜਿਹਨੂੰ ਆਪਾਂ ਇਹ ਵੀ ਕਹਿ ਦਿੰਦੇ ਹਾਂ ਅਵਿਸ਼ਵਾਸ ਪ੍ਰਸਤਾਵ, ਕਿ ਸਰਕਾਰ ਦੇ ਵਿੱਚ ਹੁਣ ਯਕੀਨ ਨਹੀਂ ਰਿਹਾ, ਅਤੇ ਉਹ ਅਵਿਸ਼ਵਾਸ ਪ੍ਰਸਤਾਵ ਜਦੋਂ ਅਸੈਂਬਲੀ ਦੇ ਵਿੱਚ ਲੈ ਕੇ ਆਇਆ ਜਾਵੇਗਾ ਫਿਰ ਵੋਟਿੰਗ ਕਰਾਈ ਜਾਵੇਗੀ। ਉਸ ਕੰਡੀਸ਼ਨ ਦੇ ਵਿੱਚ ਹੋ ਸਕਦਾ ਹੈ ਕਿ ਇਸ ਲੰਗੜੀ ਸਰਕਾਰ, ਕਿਉਂਕਿ ਪਹਿਲਾਂ ਜਦੋਂ ਜਗਮੀਤ ਸਿੰਘ ਦਾ ਸਮਰਥਨ ਸੀਗਾ ਤਾਂ ਉਹਨਾਂ ਕੋਲ ਬਹੁਮਤ ਸੀਗਾ, ਉਹਨਾਂ ਨੂੰ ਪਰਵਾਹ ਨਹੀਂ ਸੀ ਹੈਗੀ, ਸਰਕਾਰ ਆਰਾਮ ਨਾਲ ਚੱਲ ਰਹੀ ਸੀ। ਪਰ ਜਦੋਂ ਉਹਨਾਂ ਨੇ ਸਮਰਥਨ ਵਾਪਸ ਲੈ ਲਿਆ ਤਾਂ ਹੁਣ ਇਹ ਸਰਕਾਰ ਜਿਹੜੀ ਹੈ ਹੋ ਸਕਦਾ ਹੈ ਕਿ ਜੇ ਇਹਦੇ ਹੱਕ ਦੇ ਵਿੱਚ ਜ਼ਿਆਦਾ ਲੀਡਰ ਨਾ ਭੁਗਤਣ ਤਾਂ ਉਸ ਕੰਡੀਸ਼ਨ ਦੇ ਵਿੱਚ ਸਰਕਾਰ ਆਪਣਾ ਕੌਨਫੀਡੈਂਸ ਖੋ ਦੇਵੇ। ਅਤੇ ਫਿਰ ਜਦੋਂ ਨੋ ਕੌਨਫੀਡੈਂਸ ਮੋਸ਼ਨ ਲੈ ਕੇ ਆਉਂਦੇ ਆ ਉਦੋਂ ਉਸ ਕੰਡੀਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਵੀ ਸੱਤਾ ਧਿਰ ਹੁੰਦੀ ਹੈ ਸਭ ਤੋਂ ਪਹਿਲਾਂ ਉਹਨੂੰ ਕਿਹਾ ਜਾਂਦਾ ਕਿ ਭਈ ਤੁਸੀਂ ਆਪਣਾ ਸਿੱਧ ਕਰੋ ਕਿ ਤੁਹਾਡੇ ਕੋਲ ਬਹੁਮਤ ਹੈ। ਫਿਰ ਉੱਧਰ ਵੋਟਿੰਗ ਹੁੰਦੀ ਹੈ, ਜਦ ਜੇਕਰ ਬਾਈ ਦਾ ਵੇ ਉਹ ਨਹੀਂ ਸਾਬਿਤ ਕਰ ਪਾਏ ਕਿ ਉਹਨਾਂ ਕੋਲ ਫੁੱਲ ਕਹਿ ਸਕਦੇ ਆ ਕਿ ਮੈਂਡੇਟ ਹੈਗਾ, ਅਤੇ ਉਸ ਕੰਡੀਸ਼ਨ ਦੇ ਵਿੱਚ ਫਿਰ ਜਿਹੜੇ ਗਵਰਨਰ ਜਨਰਲ ਹੁੰਦੇ ਨੇ ਉਹ ਇੱਕ ਮੌਕਾ ਦਿੰਦੇ ਨੇ ਵਿਰੋਧੀ ਪਾਰਟੀਆਂ ਕਿਸੇ ਹੋਰ ਨੂੰ ਕਿ ਭਈ ਕੋਈ ਦੂਜਾ ਬੰਦਾ ਜਿਹੜਾ ਹੈ ਉਹ ਕਿ ਸਿੱਧ ਕਰ ਸਕਦਾ ਹੈ ਕਿ ਉਹਦੇ ਕੋਲ ਪੂਰਨ ਬਹੁਮਤ ਹੈਗਾ ਜਾਂ ਕਹਿ ਸਕਦੇ ਕਿ ਉਹਦੇ ਕੋਲ ਮੈਜੋਰਟੀ ਹੈਗੀ ਹੈ। ਜੇਕਰ ਦੂਜੇ ਨੇ ਸਿੱਧ ਕਰ ਦਿੱਤਾ ਕਿ ਹਾਂ ਭਈ ਉਹਦੇ ਕੋਲ ਮੈਜੋਰਟੀ ਹੈਗੀ ਹੈ ਤਾਂ ਦੂਜੀ ਵਿਰੋਧੀ ਸਰਕਾਰ ਬਣ ਸਕਦੀ ਹੈ। ਜੇ ਉਹ ਵੀ ਨਹੀਂ ਸਿੱਧ ਕਰ ਪਾਏ ਤਾਂ ਫਿਰ ਜਨਰਲ ਅਸੈਂਬਲੀ ਦਾ ਐਲਾਨ ਹੋ ਜਾਂਦਾ ਹੈ ਕਿ ਹੁਣ ਆਮ ਚੋਣਾਂ ਜਿਹੜੀਆਂ ਨੇ ਉਹ ਹੋਣਗੀਆਂ। ਸੋ ਇਸ ਕੰਡੀਸ਼ਨ ਦੇ ਵਿੱਚ ਇਹ ਕੰਡੀਸ਼ਨ ਹੋ ਸਕਦੀ ਹੈ। ਹੁਣ ਦੂਜਾ ਕੀ ਹੈ ਕਿ ਕੋਈ ਵੀ ਫਾਈਨੈਂਸ਼ੀਅਲ ਬਿੱਲ ਸਰਕਾਰ ਲੈ ਕੇ ਆਵੇ ਅਤੇ ਉਹ ਬਿੱਲ ਪਾਸ ਨਾ ਕਰਾ ਪਾਵੇ, ਉਸ ਕੰਡੀਸ਼ਨ ਦੇ ਵਿੱਚ ਵੀ ਕਹਿ ਸਕਦਾ ਕਿ ਸਰਕਾਰ ਡਿੱਗ ਸਕਦੀ ਹੈ। ਹੁਣ ਇਹ ਵੀ ਤਾਂ ਸੋਚਿਆ ਜਾ ਸਕਦਾ ਕਿ ਹੋ ਸਕਦਾ, ਕਿਉਂਕਿ ਅਗਲੇ ਸਾਲ ਦੇ ਇਲੈਕਸ਼ਨ ਆ ਅਕਤੂਬਰ ਨਵੰਬਰ ਤੋਂ ਪਹਿਲਾਂ, ਅਤੇ ਉਸ ਉਦੋਂ ਤੱਕ ਕੋਈ ਫਾਈਨੈਂਸ਼ੀਅਲ ਬਿੱਲ ਨਾ ਲੈ ਕੇ ਆਵੇ, ਇੱਦਾਂ ਵੀ ਨਹੀਂ ਹੁੰਦਾ, ਕਿਉਂਕਿ ਬਜਟ ਜਿਹੜਾ ਉਹ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ। ਸੋ ਜਿਹੜਾ ਬਜਟ ਹੋਵੇਗਾ ਉਹਦੇ ਵਿੱਚ ਤੁਹਾਨੂੰ ਬਿੱਲ ਲੈ ਕੇ ਆਉਣਾ ਹੀ ਪਵੇਗਾ, ਕਿਉਂਕਿ ਮੋਨਿਟਰੀ ਬਿੱਲ ਹੋ ਗਿਆ ਜਾਂ ਫਿਰ ਬਜਟ ਨਾਲ ਜੁੜਿਆ ਹੋਇਆ ਬਿੱਲ ਹੋ ਗਿਆ ਜਾਂ ਫਾਈਨੈਂਸ਼ੀਅਲ ਬਿੱਲ ਹੋ ਗਿਆ, ਉਸ ਕੰਡੀਸ਼ਨ ਦੇ ਵਿੱਚ ਉਹ ਲੈ ਕੇ ਆਉਣਾ ਹੀ ਪਵੇਗਾ। ਅਤੇ ਅਕਤੂਬਰ ਨਵੰਬਰ ਦੇ ਵਿੱਚ ਜਿਹੜਾ ਬਜਟ ਦਾ ਬਿੱਲ ਹੈ ਜਦੋਂ ਉਹ ਲੈ ਕੇ ਆਇਆ ਜਾਵੇਗਾ ਤਾਂ ਉਸ ਕੰਡੀਸ਼ਨ ਦੇ ਵਿੱਚ ਜੇਕਰ ਸਰਕਾਰ ਇਹ ਬਿੱਲ ਨਹੀਂ ਪਾਸ ਕਰਾ ਪਾਉਂਦੀ
ਯਾਨੀ ਕਿ ਮੈਜੋਰਟੀ ਨਹੀਂ ਹੋ ਪਾਉਂਦੀ ਤਾਂ ਫਿਰ ਉਸ ਸਮੇਂ ਸਰਕਾਰ ਟੁੱਟ ਸਕਦੀ ਹੈ। ਸੋ ਅਕਤੂਬਰ ਨਵੰਬਰ ਦੇ ਵਿੱਚ ਸਰਕਾਰ ਨੂੰ ਝਟਕਾ ਮਿਲ ਸਕਦਾ ਹੈ ਪਰ ਬਹੁਤ ਘੱਟ ਚਾਂਸ ਹੈ। ਦੂਜੇ ਪਾਸੇ ਇਕਵਾ ਬੋਕਵਾ ਵੀ ਇੱਕ ਪਾਰਟੀ ਹੈ ਜਿਸਦਾ ਸਮਰਥਨ ਜਿਹੜਾ ਹੈ ਉਹ ਲੈ ਸਕਦੀ ਹੈ ਟਰੂਡੋ ਸਰਕਾਰ। ਜੇਕਰ ਉਹ ਪਾਰਟੀ ਸਮਰਥਨ ਦੇ ਦਿੰਦੀ ਹੈ ਤਾਂ ਫਿਰ ਜਗਮੀਤ ਸਿੰਘ ਦਾ ਸਾਰਾ ਕੀਤਾ ਕਰਾਇਆ ਖੂਜ ਪੈ ਜਾਣਾ, ਫਿਰ ਇਹਦਾ ਕੁਛ ਵੀ ਨਹੀਂ ਚੱਲਣਾ ਹੈਗਾ। ਫਿਰ ਉਸ ਕੰਡੀਸ਼ਨ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਟਰੂਡੋ ਦੀ ਚੱਲਦੀ ਰਹਿ ਸਕਦੀ ਹੈ। ਜੇਕਰ ਦੂਜੀ ਪਾਰਟੀ ਸਮਰਥਨ ਦੇ ਦਿੰਦੀ ਹੈ, ਜਿਹੜੀ ਇਕਵਾ ਬੋਕਵਾ ਪਾਰਟੀ ਹੈ ਉਹ ਸਮਰਥਨ ਦੇ ਦਿੰਦੀ ਹੈ। ਸੋ ਟਰੂਡੋ ਸਰਕਾਰ ਇੰਨਾ ਸੌਖਾ ਨਹੀਂ ਹੈਗਾ ਡਿੱਗ ਜਾਣਾ। ਸੋ ਜਿਹੜੇ ਤੱਥ ਸੀਗੇ ਉਹ ਮੈਂ ਤੁਹਾਡੇ ਸਾਹਮਣੇ ਰੱਖੇ। ਉਮੀਦ ਕਰਦਾ ਬਲੌਗ ਪਸੰਦ ਆਇਆ ਹੋਗਾ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ। ਮਕਸਦ ਤੁਹਾਡੇ ਸਾਹਮਣੇ ਸਹੀ ਅਥੈਂਟਿਕ ਅਤੇ ਰਿਐਲਿਟੀ ਰੱਖਣਾ ਹੁੰਦਾ, ਪ੍ਰਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ। ਜੇ ਤੁਹਾਡਾ ਸੋਪੀ ਛਲਕ ਚਾਹੁੰਦੇ ਹੋ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ। ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਧੰਨਵਾਦ।